ਹੱਥ ਸਿਵਾ ਹੈ ਗੁਰੂ ਸਾਹਿਬ ਅਜਨੇ ਤੁਸੀਂ ਬੈਠੇ ਜੇਣਾ ਜੇ ਇਹਨਾਂ ਦੇ ਹੱਥ ਖੜੇ ਕਰਵਾਈਏ ਕਿ ਕਿਹੜੇ ਬਾਬਾ ਜੀ ਕੋਲ ਆਪਣੇ ਨਿਤਨੇਮ ਤੋਂ ਬਗੈਰ ਪੇਟਾ ਲੈ ਕੇ ਆਇਆ ਅਸੀਂ ਪਿਛਲੀ ਵਾਰੀ ਵੀ ਕਿਾਸ ਵੀ ਸਾਨੂੰ ਨਹੀਂ ਮਾਇਆ ਦੀ ਮੰਗਦੇ نئی ਪਦਾਰਥਾਂ ਦੀ ਮੰਗ ਕਰਦੇ ਅਸੀਂ ਇੱਕੋ ਹੀ ਕਹਿੰਨੇ ਆ ਕਿ ਨਾਮ ਵੱਧੋ ਵੱਧ ਕਮਾ ਕੇ ਲਿਆਓ ਇੱਕ ਸਾਲ ਦੀ ਖੱਟੀ ਲੈ ਕੇ ਆਉਣੀ ਹੈ ਤੇ ਸਾਡਾ ਰੋਜ਼ ਦਾ ਨਿਤਨੇਮੇ ਇੱਕ ਸੁਖਮਣੀ ਸਾਹਿਬ ਦਾ ਪਾਠ ਨਿਤਨੇਮ ਬਾਣੀਆਂ ਦਾ ਪਾਠ ਦੇਰ ਆਸ ਕੀ ਤੋਂ ਸੋਲੇ ਦਾ ਪਾਠ ਇਸ ਤੋਂ ਬਿਗੇਰ ਗਿਣਤੀ ਕਰਨੀ ਇਹ ਕੱਢ ਕੇ ਇਸ ਤੋਂ ਬਿਗੇਰ ਗਿਣਤੀ ਕਰਨੀ ਇਹ ਕਿੰਨੇ ਸੁਖਮਣੀ ਦੇ ਪਾਠ ਕਿੰਨੇ ਜਪਜੀ ਦੇ ਕਿੰਨੇ ਮੂਲ ਮੰਤਰ ਦੀਆਂ ਮੰਬਾਲਾ ਕਿੰਨੀਆਂ ਵੈਗੁਰੂ ਦੀਆਂ ਉਹ ਹੈ ਨਹੀਂ ਕੀਆ ਬਹੁਤ ਘਾਟੀ ਇਹ ਸਾਧ ਸੰਗਤ ਜੀ ਬੇੜਾ ਬੰਦਨਾ ਸਕਿਓ ਬੰਧਨ ਕੀ ਵੇਲਾ ਨਾਮ ਦਾ ਬੇੜਾ ਬਣਾਉਣਾ ਸੀ ਬਣਾ ਨਹੀਂ ਸਕੇ ਜਿਹੜੇ ਆਣ ਆਣ ਰੋਂਦੇ ਜੀ ਸਾਨੂੰ ਆਹ ਬਿਮਾਰੀ ਸਾਨੂੰ ਆਹ ਤਕਲੀਫ ਪੁੱਤਰਾ ਜਿ ਬਗਾੜ ਪੈ ਗਿਆ ਧੀਆਂ ਦੇ ਰਿਸ਼ਤੇ ਆ ਚ ਪੈ ਗਿਆ ਇੱਕਾਰੋ ਬਾਹਰ ਸ਼ਿ ਅਰਚਨਾ ਪਾਈ ਗੀਏ ਭਾਈ ਬੇਨਤੀ ਕਰਨ ਦੀ ਲੋੜ ਨਹੀਂ ਜੇ ਤੁਸੀਂ ਸਾਡੀ ਬੇਨਤੀ ਮੰਨ ਲਓ ਬਾਬਾ ਅਨੰਦ ਸਿੰਘ ਦੀ ਬੇਨਤੀ ਮੰਨ ਲਓ ਨਾਮ ਜਪੋ 22 ਘੰਟੇ ਦਾ ਨਾਮ ਜਪੋ 22 ਘੰਟੇ ਦਾ ਤਾਂ ਕਿਰਾਇਆ ਗੁਰੂ ਨੂੰ ਦੇਣਾ ਹੈ 5 ਘੰਟੇ ਜਪੋ 22 ਘੰਟੇ ਦਾ ਸਿਮਨ ਜਮਾ ਕਰਾਓ ਬੇਨਤੀ ਨਹੀਂ ਕਰਨ ਦੀ ਲੋੜ ਪਵੇਗੀ ਕੰਮ ਰੱਬ ਕਰੇਗਾ ਉਹਨਾਂ ਦੇ ਜਿਹੜੇ ਨਾਮ ਜਪਣਗੇ ਚਿੰਤਾਆਂ ਨੂੰ ਕਰਨ ਦੇਵੇਗਾ ਅਚਿੰਤ ਅਚਿੰਤ ਕੰਮ ਕਰੇ ਪ੍ਰਭ ਤਨਕੇ ਜਿਨ ਹਰਕਾਰ ਨਾਮ ਪਿਆਰਾ ਗੁਰਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨਹਾਰਾ ਸਾਰੇ ਕੰਮ ਕਰਨ ਵਾਲਾ ਮਨ ਵਿੱਚ ਵਸਿਆ ਹੈ ਕੋਈ ਕੋਈ ਦੁੱਖ ਚੱਕੀ ਆਉਂਦਾ ਕੋਈ ਕੋਈ ਦੁੱਖ ਚੱਕੀ ਆਉਂਦਾ ਕਿਉਂ ਚੱਕੀ ਆਉਂਦਾ ਹੈ ਦੁਖੀਆ ਸਭ ਸੰਸਾਰ ਹਰੀ ਦੇ ਨਾਮ ਬਿਨਾ ਨਾਲਕ ਦੁਖੀਆ ਸਭ ਸੰਸਾਰ ਨਾਮ ਤੋਂ ਬਿਗੇਰ ਦੁਖੀ ਆਏ ਹਰ ਕੋ ਨਾਮ ਜਪਤ ਹੋਏ ਸੁਖੀਆ ਕਿਉਂ ਨਾ ਹਰ ਕੋ ਨਾਮ ਰੇ ਮੂਰਖ ਨਿਲਾਜ ਰੇ ਤੈਨੂੰ ਲਾਜ ਥੋੜਾ ਤੂੰ ਨਿਲਾਜਬੰਦਾ ਹੈ ਕਿਉਂ ਨਹੀਂ ਹਰੀ ਦਾ ਨਾਮ ਲੈਂਦਾ ਦੱਸ ਕਿੱਡੇ ਕੋ ਕਾਮੀ ਤੂੰ 8 ਘੰਟੇ ਦੀ ਨੌਕਰੀ ਕਰਦਾ ਹੈ ਰੋਜ਼ ਤੇ ਤੇਰੇ ਕੋਲ 16 ਘੰਟੇ ਬਾਕੀ ਏ ਜੇ ਤੂੰ 2-4 ਘੰਟੇ ਦਾ ਕੋਈ ਕੰਮ ਰੋਜ਼ ਕਰਦਾ ਦੋ ਘੰਟੇ ਸਵੇਰੇ ਦੋ ਸ਼ਾਮੀ ਤੇਰੇ ਕੋਲ 20 ਘੰਟੇ ਬਾਕੀ ਏ ਸਾਬ ਦੇਵੀ ਆ 8 ਘੰਟੇ ਕੰਮ ਕਰਦਾ ਹੈ 16 ਦਾ ਸਾਬ ਦੇ ਗੁਰੂ ਨਾਨਕ ਦੇ ਇਹ 24 ਘੰਟੇ ਵਿਲ ਲਾਏ ਪੁੱਤ ਦੀ ਕਮਾਉਣ ਕਰਨ ਵਾਲਿਆ ਤੇ 24 ਘੰਟੀਆਂ ਦਾ ਘੰਟਿਆਂ ਦਾ ਸਾਬਦੇ ਗੁਰੂ ਨਾਨਕ ਨੂੰ ਤੇਰੇ ਕੰਮ ਦੇ ਘੰਟੇ ਤੈਨੂੰ ਛੁੱਟੀ ਕਰ ਕਰ ਜੀ ਕੀਰਤ ਵਿਰਤ ਕਰ ਧਰਮ ਦੀ ਦਸਾਂ ਨਵਾਂ ਦੀ ਕੀਰਤ ਕਰ ਓ ਤੇਰੇ ਕੰਮ ਦੀ ਭਾਈ ਤੈਨੂੰ ਛੁੱਟੀ ਏ ਬਾਕੀਆਂ ਘੰਡਿਆਂ ਦਾ ਸਾਬ ਰੱਖ ਇਥੇ ਸਕੂਲ ਜਾਣਾ ਏ ਤੇ 5-7 ਘੰਟੇ ਪੜ੍ਹਾਈ ਦੇ ਆ ਇੱਕ ਦੋ ਘੰਟੇ ਟਿਊਸ਼ਨ ਦੇ ਆ ਬਾਕੀ ਘੰਡਿਆਂ ਦਾ ਸਾਬ ਰੱਖ 6 ਘੰਟੇ ਸੌਣ ਦੇ ਖੜਦੇ ਚੱਲ ਖਾਣਾ ਪੀਣਾ ਵੀ ਮੂਰ ਮੰਤਰ ਅਸੀਂ ਕਰ ਸਕਦੇ ਆ ਕੰਮ ਕਰਦੇ ਵੀ ਕਰ ਸਕਦੇ ਆ ਦੁੱਖ ਤਕਲੀਫਾਂ ਲੱਗਣਗੀਆਂ ਕਾਰੋਬਾਰਾਂ ਵਿੱਚ ਵਿਗਾੜਾਂ ਪੈਣਗੀਆਂ ਬੇਰੁਜ਼ਗਾਰੀਆਂ ਆਉਣਗੀਆਂ ਰਿਸ਼ਤੇਦਾਰੀਆਂ 'ਚ ਲੜਾਈਆਂ ਪੈਣਗੀਆਂ ਇਹ ਕੰਮ ਹੋਣ ਵਾਲਾ ਹੈ ਕਲਯੁਗ ਕਰ ਰਿਹਾ ਹੈ ਅੱਜ 100 'ਚੋਂ 10 ਕੁੜੀਆਂ ਵਾਪਸ ਆਈਆਂ ਬੈਠੀਆਂ ਨੇ 100 'ਚੋਂ ਇੱਕ ਨਹੀਂ ਆਉਂਦੀ ਸੀ ਹਿੰਦੁਸਤਾਨ ਦੀ ਨਾਰੀ ਸ਼ਰਾਬੀਆਂ ਦੇ ਮਰ ਜਾਂਦੀ ਸੀ ਘਰ ਨਹੀਂ ਛੱਡਦੀ ਸੀ ਅਮਲੀਆਂ ਦੇ ਮਰ ਜਾਂਦੀ ਸੀ ਘਰ ਨਹੀਂ ਛੱਡਦੀ ਸੀ ਆਪਣਾ ਸਾਰੀ ਉਮਰ ਤਸੀਹੇ ਸਹਿ ਸਹਿ ਕੇ ਕੱਟ ਲੈਂਦੀ ਸੀ ਘਰ ਦੀ ਛੱਡਦੀ ਸੀ ਅੱਜ 100 'ਚੋਂ 10 ਛੱਡੀ ਬੈਠੀਆਂ ਨੇ 100 'ਚੋਂ ਦਸਾਂ ਦੇ ਪੁੱਤ ਹੀ ਨਹੀਂ ਬੱਚੇ ਨਹੀਂ ਜੰਮਦੇ ਪੰਜ ਪੰਜ ਸੱਤ ਸੱਤ ਬੱਚੇ ਹੁੰਦੇ ਸੀ ਆ ਕਾਲ ਯੁਗ ਚੜ ਗਿਆ ਸਿਰ ਤੇ ਪਰ ਕੋਈ ਨਹੀਂ ਖਿਆਲ ਕਰ ਰਿਹਾ ਫਿਰ ਅਸੀਂ ਕੀ ਕਰੀਏ ਖ਼ਬਰੀ ਨਹੀਂ ਅਣਨੇ ਨੂੰ ਖ਼ਬਰੀ ਨਹੀਂ ਕਹਿੰਦੇ ਮੂਰਖ 라ਵਣ ਨੂੰ ਅਣਨੇ ਨੂੰ ਖ਼ਬਰੀ ਨਹੀਂ ਮੈਂ ਲੰਕਾ ਕੁਵਾਣਾਗਾ ਪ੍ਰਾਲਾ ਕਰ ਸਕਦੇ ਤੇ ਭਾਈ ਕਾਲੋ ਪਰਸੀ ਤਮ ਕੋਈ ਛਟਕਾਰਾ ਪਾ ਲਾਂਗੇ ਤੁਹਾਨੂੰ ਕਹੇਗੇ ਕਿ ਅਸੀਂ ਕਿਹਾ ਬਹੁਤ ਕਿਹਾ ਬਹੁਤ ਕਿਹਾ ਸਾਰੀ ਸਾਰੀ ਰਾਤ ਵੀ ਦੁਆਣ ਚੱਲਦੇ ਆ ਬੇਨਤੀਆਂ ਕਰੀ ਦੀਆਂ ਬੜੇ ਬੜੇ ਯੋਰ ਵੀ ਪਾਈ ਦੇ ਪਾਬੰਦੀਆਂ ਵੀ ਲਾਈ ਦੀਆਂ ਕਿ ਸਿਮਰਨ ਨਾਮ ਕਰੋ ਅਮਰਤ ਵੇਲੇ ਰੱਬ ਨਾਲ ਜੁੜਨ ਦਾ ਹੁੰਦਾ ਹੈ। ਉਹਦੀ ਤੂੰ ਹੀ ਤੂੰ ਹੀ ਆਵਾਜ਼ ਦਾ ਹੁੰਦਾ ਹੈ। ਬਾਬਾ ਖੇਮ ਸਿੰਘ ਇੰਨੇ ਦੁਖੀ ਹੋ ਗਏ ਲੋਕਾਂ ਵੱਲ ਵੇਖ-ਵੇਖ ਕੇ। ਜਿਹੜੇ ਬੇਨਤੀਆਂ ਕਰਦੇ, ਜਿਹੜੇ ਆਉਂਦੇ ਜਾਂਦੇ, ਜਿਹੜੇ ਸੇਵਾ ਕਰਨ ਵਾਲੇ। ਬਹੁਤ ਨਾ ਦਾ ਮਨ ਤੜਸਿਆ। ਅਮਰਤ ਵੇਲੇ ਤੂੰ ਹੀ ਨਿਰੰਕਾਰ ਦੀਆਂ ਧਾਰਨਾ ਲਾਈ ਦੀਆਂ, ਉਸਤਤੀਆਂ ਲਾਈ ਦੀਆਂ। ਬਾਬਾ ਖੇਮਸ ਸਿੰਘ ਜੀ ਕਹਿੰਦੇ ਅੰਮ੍ਰਿਤ ਵੇਲੇ ਤਾਹਨਾ ਲਾਓ ਜਿਹੜੇ ਨਾਮ ਨਹੀਂ ਗੁਰਾਂ ਦਾ ਜਪਦੇ ਸੱਪ ਸੂਰ ਕੁੱਤੇ ਗਧੇ ਭੂਤ ਬਣਨਗੇ ਇਹ ਰੋਇਲ ਹੋਉਂਦੇ ਸੀ ਕਹਿ ਕੇ ਰੋਉਂਦੇ ਸੀ ਫਿਰ ਕੋਈ ਸੰਗੀਆਂ ਨੇ ਕਿਹਾ ਮਹਾਰਾਜ ਸਾਡੇ ਤੇ ਰਹਿਮ ਕਰੋ ਤੁਸੀਂ ਸਾਨੂੰ ਕੁੱਤੇ ਗਧੇ ਸੱਪ ਕਹਿੰਦੇ ਜੇ ਤੁਹਾਡੇ ਕਿਹਾ ਤੇ ਸਾਡਾ ਹਾਲ ਹੋ ਜਾਣਾ ਹੈ ਧਰਮ ਕਰਦੇ ਹੋ ਫਿਰ ਬਾਬਾ ਜੀ ਨੇ ਧਾਰਨਾ ਬਦਲਾਈ ਨਹੀਂ ਤਾਂ 10-15 ਸਾਲ ਚੱਲਦੀ ਰਹੀਏ ਜਿਹੜੇ ਨਾਮ ਨਹੀਂ ਗੁਰਾਂ ਦਾ ਜਪਦੇ ਸੱਪ ਸੂਰ ਪੂਤ ਹੋਣਗੇ ਕਾਂਵਾ ਕੁੱਤਿਆਂ ਗਧਿਆਂ ਦੀ ਯੂਨੀ ਪਹਿਣਗੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਬਾਬਾ ਜੀ ਕਹਿੰਦੇ ਭਾਈ ਮੈਂ ਜੇ ਆਪਦੇ ਕੋਲੋਂ ਕਹਿੰਦਾ ਹਾਂ ਤੇ ਫਿਰ ਤੁਹਾਨੂੰ ਦੁੱਖ ਹੋਵੇ ਅਸੀਂ ਤਾਂ ਗੁਰਬਾਣੀ ਸੁਣਾਈ ਗੁਰਬਾਣੀ ਕਹਿੰਦੀ ਏ ਕੂ ਕਰੇ ਸੂ ਕਰੇ ਗਰਦ ਬਏ ਕਾ ਕਹੇ ਸਰਪੜੇ ਤੁਲ ਖੜੇ ਕੁੱਤਾ ਸੂਰ ਗਦਾ ਕਾ ਸੱਪ ਬੂਤ ਇਹ ਜੋ ਹੋਣਗੇ ਗੁਰਮੰਤਰਹੀਨ ਸਜੋ ਪ੍ਰਾਣੀ ਤਿਰਗੰਤ ਜਨਮ ਪ੍ਰਿਸ਼ਟ ਨੇ ਉਹ ਬਹੁਤ ਗੰਦੀਆਂ ਯੂਨੀਆਂ ਚ ਜਾਂਦੀ ਆ ਜਿਹੜੇ ਰੱਬ ਦੇ ਨਾਮ ਤੋਂ ਹੀ ਨੇ